ਗੁੱਡ ਮਾਰਨਿੰਗ ਸਟੂਡੈਂਟਸ ਆਈ ਹੋਪ ਯੂ 올 ਆਰ ਗੁੱਡ ਐਂਡ ਫਾਈਨ ਬੱਚੋ ਕੱਲਾਪਾ ਪੰਜਾਬੀ ਵਿੱਚ ਅਦਕ ਮਾਤਰਾ ਦਾ ਸ਼ਬਦ ਜੋੜ ਕੀਤਾ ਸੀ ਅੱਜ ਆਪਾਂ ਪੰਜਾਬੀ ਵਿੱਚ ਅਦਕ ਮਾਤਰਾ ਨਾਲ ਸੰਬੰਧਤ ਕੁਝ ਖਾਲੀ ਥਾਵਾਂ ਭਰੋ ਅਤੇ ਕੁਝ ਵਾਕ ਬਣਾਉ ਕਰਾਂਗੇ ਜਿਸ ਵਿੱਚ ਆਪਾਂ ਕੁਝ ਨਵੇਂ ਸ਼ਬਦ ਸਿੱਖਾਂਗੇ ਜਿਸ ਵਿੱਚ ਅਦਕ ਮਾਤਰਾ ਲੱਗਦੀ ਹੋਵੇਗੀ ਜਿਵੇਂ ਕਿ ਪਹਿਲੇ ਨੰਬਰ ਤੇ ਹੈ ਡੈਸ਼ ਨੇ ਆਲਣਾ ਬਣਾਇਆ ਇਸ ਵਿੱਚ ਮੈਂ ਦੋ ਸ਼ਬਦ ਲਿਖੇ ਹਨ ਇੱਕ ਲਿਖਿਆ ਹੈ ਕੁੱਗੀ ਦੂਸਰਾ ਲਿਖਿਆ ਹੈ ਬਿੱਲੀ ਬੱਚਿਓ ਆਲਣਾ ਕੌਣ ਬਣਾਉਂਦਾ ਹੈ ਕੁੱਗੀ ਆਲਣਾ ਬਣਾਉਂਦੀ ਹੈ ਜਾਂ ਬਿੱਲੀ ਆਲਣਾ ਬਣਾਉਂਦੀ ਹੈ ਆਲਣਾ ਕੌਣ ਬਣਾਉਂਦਾ ਹੈ ਕੁੱਗੀ ਇਸ ਕਰਕੇ ਆਪਾਂ ਇੱਥੇ ਲਿਖਾਂਗੇ ਕੁੱਗੀ ਨੇ ਆਲਣਾ ਬਣਾਇਆ ਦੂਜੇ ਨੰਬਰ ਤੇ ਹੈ ਮੇਰੀ ਸਕੂਲ ਡੈਸ਼ ਆ ਗਈ ਮੇਰੀ ਸਕੂਲ ਬੱਸ ਆ ਗਈ ਜਾਂ ਮੇਰੀ ਸਕੂਲ ਦਸ ਆ ਗਈ ਮੇਰੀ ਸਕੂਲ ਬੱਸ ਆ ਗਈ ਤੀਜੇ ਨੰਬਰ ਤੇ ਹੈ ਡੈਸ਼ ਸਾਨੂੰ ਠੰਡੀ ਛਾਂ ਦਿੰਦੇ ਹਨ ਰੁੱਖ ਸਾਨੂੰ ਠੰਡੀ ਛਾਂ ਦਿੰਦੇ ਹਨ ਜਾਂ ਦੁੱਖ ਸਾਨੂੰ ਠੰਡੀ ਛਾਂ ਦਿੰਦੇ ਹਨ ਹਾਂਜੀ ਬੱਚਿਓ ਤੁਹਾਡੇ ਅਨਸਾਰ ਸਾਨੂੰ ਠੰਡੀ ਛਾਂ ਕੌਣ ਦਿੰਦਾ ਹੈ ਆਪਾਂ ਨੂੰ ਰੁੱਖ ਠੰਡੀ ਛਾਂ ਦਿੰਦੇ ਹਨ ਜਾਂ ਦੁੱਖ ਠੰਡੀ ਛਾਂ ਦਿੰਦੇ ਹਨ ਰੁੱਖ ਵੈਰੀ ਗੁੱਡ ਰੁੱਖ ਸਾਨੂੰ ਠੰਡੀ ਛਾਂ ਦਿੰਦੇ ਹਨ ਚੌਥੇ ਨੰਬਰ ਤੇ ਹੈ ਸਾਨੂੰ ਹਮੇਸ਼ਾ ਡੈਸ਼ ਬੋਲਣਾ ਚਾਹੀਦਾ ਹੈ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਜਾਂ ਝੂਠ ਬੋਲਣਾ ਚਾਹੀਦਾ ਹੈ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ 9 ਨੰਬਰ ਤੇ ਹੈ ਸ਼ਿਕਾਰੀ ਦੇ ਡੈਸ਼ ਵਿੱਚ ਬੰਦੂਕ ਸੀ ਹੱਥ ਵਿੱਚ ਬੰਦੂਕ ਸੀ ਜਾਂ ਰੱਤ ਵਿੱਚ ਬੰਦੂਕ ਸੀ ਹਾਂਜੀ ਬੱਚਿਓ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਸ਼ਿਕਾਰੀ ਜੰਗਲ ਵਿੱਚ ਸ਼ਿਕਾਰ ਕਰਨ ਜਾਂਦਾ ਹੈ ਤਾਂ ਬੰਦੂਕ ਕਿ ਉਹ ਆਪਣੀ ਰੱਤ ਵਿੱਚ ਰੱਖ ਕੇ ਜਾਂਦਾ ਹੈ ਜਾਂ ਉਸਦੇ ਹੱਥ ਵਿੱਚ ਹੁੰਦੀ ਹੈ ਹੱਥ ਵਿੱਚ ਹੁੰਦੀ ਹੈ ਨਾ ਤਾਂ ਇਸ ਕਰਕੇ ਆਪਾਂ ਇੱਥੇ ਰਾਈਟ ਕਰਾਂਗੇ ਸ਼ਿਕਾਰੀ ਦੇ ਹੱਥ ਵਿੱਚ ਬੰਦੂਕ ਸੀ 6ਵੇਂ ਨੰਬਰ ਤੇ ਹੈ ਡੈਸ਼ ਖੇਡ ਰਿਹਾ ਹੈ ਬੱਚਾ ਖੇਡ ਰਿਹਾ ਹੈ ਜਾਂ ਕੱਚਾ ਖੇਡ ਰਿਹਾ ਹੈ ਬੱਚਾ ਖੇਡ ਰਿਹਾ ਹੈ 7ਵੇਂ ਨੰਬਰ ਤੇ ਹੈ ਇਹ ਅਮਰੂਦ ਦਾ ਡੈਸ਼ ਹੈ ਪੱਤਾ ਹੈ ਨਾ ਪਤਾ ਹੈ ਪੱਤਾ ਹੁੰਦਾ ਜਿਵੇਂ ਕਿ ਲੀਪ ਪਤਾ ਹੁੰਦਾ ਐਡਰੈਸ ਤੇ ਅਮਰੂਦ ਦਾ ਕੀ ਹੁੰਦਾ ਹੈ ਪਤਾ ਹੁੰਦਾ ਜਾਂ ਪੱਤਾ ਪੱਤਾ ਇਹ ਅਮਰੂਦ ਦਾ ਪੱਤਾ ਹੈ 8ਵੇਂ ਨੰਬਰ